ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਸ਼ੋਅ। ਅੱਜ ਦਾ ਮੁੱਦਾ, ਯੂਕੇ ਅਤੇ ਯੂਰਪ ਦੇ ਵਿੱਚ ਵੱਸਦੇ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਹਾਜ਼ਰ ਹਾਂ ਅਤੇ ਵਿਚਾਰ ਵਟਾਂਦਰਾ ਅੱਜ ਅਸੀਂ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜੋ ਕਿ ਅਸੀਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰਦੇ ਹਾਂ, ਚਾਹੇ ਉਹ ਮਸਲੇ ਧਾਰਮਿਕ ਹੋਣ, ਸਮਾਜਿਕ ਹੋਣ, ਚਾਹੇ ਕਿਸੇ ਨਿੱਜੀ ਸਿਆਸਤਦਾਨ ਦੇ ਮਸਲੇ ਹੋਣ। ਤੁਹਾਡੇ ਸਾਹਮਣੇ ਅਸੀਂ ਵੱਖ ਵੱਖ ਮਸਲੇ ਅਤੇ ਉਹ ਇਸ਼ੂਜ਼ ਲੈ ਕੇ ਆਉਂਦੇ ਹਾਂ ਔਰ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋ। ਅੱਜ ਵੀ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਉਸ ਗੰਭੀਰ ਵਿਸ਼ੇ ਦੇ ਉੱਤੇ ਜਿਸ ਨੇ ਇੰਟਰਨੈਸ਼ਨਲ ਪੱਧਰ 'ਤੇ ਗੰਭੀਰ ਇੱਕ ਆਵਾਜ਼ ਅਤੇ ਗੰਭੀਰ ਮਸਲਾ ਇਹ ਦਿਸ ਰਿਹਾ। ਲੇਕਿਨ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਇਸ਼ੂ ਦੇ ਪਿੱਛੇ ਔਰ ਇਸ ਵਿਸ਼ੇ ਦੇ ਪਿੱਛੇ ਕੀ ਹੋ ਸਕਦਾ ਔਰ ਕਿਹੜੇ ਕਿਹੜੇ ਕਾਰਨ ਰਹੇ, ਕਿਉਂਕਿ ਅੱਜ ਜੋ ਮੁੱਦਾ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਉਹ ਮੁੱਦਾ ਅਸੀਂ ਵਿਚਾਰਿਆ ਸੀਗਾ ਔਰ ਅਸੀਂ ਅਨੁਮਾਨ ਲਗਾਇਆ ਸੀਗਾ ਕਿ ਕੁਝ ਨਾ ਕੁਝ ਹੋ ਸਕਦਾ ਔਰ ਉਹ ਹੋਇਆ ਵੀ। ਅਸੀਂ ਐਨਾਲਿਸਿਸ ਕੀਤਾ ਸੀਗਾ ਤੁਹਾਡੇ ਸਾਹਮਣੇ ਪਹਿਲਾਂ ਔਰ ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸੀਗੇ ਫੋਨ ਕਰਕੇ। ਮੈਨੂੰ ਅੱਜ ਯਾਦ ਹੈ ਜਿਸ ਗੱਲ ਦਾ ਸਾਨੂੰ ਫਿਕਰ ਸੀਗਾ ਕਿ ਇਹ ਗੱਲ ਹੋ ਸਕਦੀ ਹੈ, ਵਾਪਰ ਸਕਦੀ ਹੈ ਔਰ ਵਾਕਈ ਉਹ ਗੱਲ ਵਾਪਰੀ ਵੀ। ਤੁਹਾਨੂੰ ਯਾਦ ਹੋਣਾ ਕਿ ਜਦ ਮੈਂ ਇੱਕ ਪ੍ਰੋਗਰਾਮ ਔਰ ਮੁੱਦਾ ਤੁਹਾਡੇ ਸਾਹਮਣੇ ਜਦ ਲੈ ਕੇ ਆਇਆ ਸੀਗਾ ਤਾਂ ਅਸੀਂ ਰੱਖਿਆ ਸੀਗਾ ਕਿ 11 ਅਗਸਤ ਨੂੰ ਇਮਰਾਨ ਖਾਨ ਨੇ ਪ੍ਰਾਈਮ ਮਿਨਿਸਟਰ ਦੇ ਵਜੋਂ ਸਹੁੰ ਚੁੱਕਣੀ ਸੀਗੀ, ਲੇਕਿਨ ਉਹ ਫਿਰ ਪੋਸਟਪੋਨ ਹੋ ਗਈ ਡੇਟ, ਜੋ ਕਿ 18 ਅਗਸਤ ਨੂੰ ਹੋ ਗਈ। ਔਰ ਤੁਹਾਨੂੰ ਯਾਦ ਹੋਣਾ ਕਿ ਅਸੀਂ ਇਹ ਵੀ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ ਇਮਰਾਨ ਖਾਨ ਨੇ ਆਪਣੇ ਅਜ਼ੀਜ਼ ਦੋਸਤਾਂ ਨੂੰ ਭਾਰਤ ਦੇ ਵਿੱਚ ਸੱਦਾ ਭੇਜਿਆ ਕਿ ਉਹ ਸ਼ਮੂਲੀਅਤ ਕਰਨ ਉਹਨਾਂ ਦੀ ਓਥ ਸੈਰੇਮਨੀ ਦੇ ਵਿੱਚ। ਨਾਂ ਆਉਂਦੇ ਹੈ ਉਹਨਾਂ ਦੇ ਵਿੱਚ ਕਪਿਲ ਦੇਵ, ਸੁਨੀਲ ਗਵਾਸਕਰ, ਆਮਿਰ ਖਾਨ ਅਤੇ ਇੱਕ ਨਾਮ ਜਿਹਨੇ ਆਲ ਓਵਰ ਵਰਲਡ ਦੇ ਵਿੱਚ ਪੰਜਾਬ ਦੀ ਜੇਕਰ ਸਿਆਸਤ ਦੀ ਗੱਲ ਕਰੀਏ, ਚਾਹੇ ਉਹ ਪੰਜਾਬ ਪਾਕਿਸਤਾਨ ਦਾ ਹੋਵੇ ਚਾਹੇ ਉਹ ਪੰਜਾਬ ਭਾਰਤ ਦਾ ਹੋਵੇ, ਦੋਨੋਂ ਮੁਲਕਾਂ ਦੇ ਵਿੱਚ, ਪੰਜਾਬ ਦੇ ਵਿੱਚ ਵੱਸਦੇ, ਪੰਜਾਬੀਆਂ ਦੇ ਵਿੱਚ ਵੱਸਦੇ, ਇਹ ਇੱਕ ਭਗਦਾ ਮਸਲਾ ਬਣ ਚੁੱਕਿਆ। ਔਰ ਜਦ ਇਹ ਭਗਦਾ ਮਸਲਾ ਬਣਦਾ ਤਾਂ ਫਿਰ ਉਹਦੀ ਗੂੰਜ ਸੁਣਾਈ ਦਿੰਦੀ ਹੈ, ਉਹਦੀ ਆਵਾਜ਼ ਸੁਣਾਈ ਦਿੰਦੀ ਹੈ, ਉਸ ਵਿਸ਼ੇ ਦੀ ਗੱਲਬਾਤ ਹੁੰਦੀ ਹੈ। ਕਿੱਥੇ? ਇੱਥੇ ਅੱਜ ਦੇ ਮੁੱਦੇ ਦੇ ਵਿੱਚ। ਤੁਹਾਨੂੰ ਯਾਦ ਆ ਗਿਆ ਹੋਣਾ ਕਿ ਅਸੀਂ ਮੁੱਦਾ ਚੁੱਕਿਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੇ ਜਾਣ ਦੇ ਨਾਲ ਸਿਆਸਤ ਭਕ ਰਹੀ ਹੈ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਵੱਖ ਵੱਖ ਪਾਰਟੀਆਂ ਇਸ ਗੱਲ ਨੂੰ ਲੈ ਕੇ ਪ੍ਰਤੀਕਰਮ ਦਿੰਦੇ ਹੋਏ ਉਹ ਨਜ਼ਰ ਆਏ ਜਾਣ ਤੋਂ ਪਹਿਲਾਂ। ਅਜੇ ਗਏ ਨਹੀਂ ਸੀਗੇ ਨਵਜੋਤ ਸਿੰਘ ਸਿੱਧੂ, ਜਾਣ ਤੋਂ ਪਹਿਲਾਂ ਬਹੁਤ ਸਾਰੇ ਪ੍ਰਤੀਕਰਮ ਮਿਲੇ ਸੀਗੇ, ਲੇਕਿਨ ਜਦ ਅਸੀਂ ਆਪਣੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਤੁਸੀਂ ਕਿਹਾ ਕਿ ਇੱਕ ਗੁੱਡ ਸਟੈਪ ਹੈ ਕਿ ਉਹ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਔਰ ਉਹਨੂੰ ਜਾਣਾ ਚਾਹੀਦਾ। ਕਈਆਂ ਨੇ, ਕਈ ਸਾਡੇ ਕਾਲਰ ਸੀਗੇ ਜਿਨ੍ਹਾਂ ਨੇ ਇਹ ਗੱਲ ਨਹੀਂ ਮੰਨੀ ਕਿ ਉਹਨੂੰ ਪ੍ਰੋਟੋਕੋਲ ਫੋਲੋ ਕਰਨੀ ਚਾਹੀਦੀ, ਉਹਨੂੰ ਨਹੀਂ ਜਾਣਾ ਚਾਹੀਦਾ। ਲੇਕਿਨ ਅੱਜ ਦਾ ਮੁੱਦਾ ਜੋ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ, ਅੱਜ ਜੋ ਅਸੀਂ ਐਨਾਲਿਸਿਸ ਕੀਤਾ ਸੀਗਾ ਅੱਜ ਉਸ ਤੋਂ ਉਲਟ ਹੋਇਆ। ਉਲਟ ਇਸ ਕਰਕੇ ਹੋਇਆ ਕਿ ਜਦ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਸਹੁੰ ਚੁੱਕ ਸਮਾਗਮ ਦੇ ਵਿੱਚ ਇਮਰਾਨ ਖਾਨ ਦੇ ਪਹੁੰਚਦੇ ਹਨ ਤਾਂ ਉੱਥੇ ਉਹਨਾਂ ਨੂੰ ਮਿਲਦੇ ਹਨ ਆਰਮੀ ਚੀਫ ਬਾਜਵਾ ਪਾਕਿਸਤਾਨ ਦੇ, ਜਿਨ੍ਹਾਂ ਨਾਲ ਉਹ ਪਹਿਲਾਂ ਗੱਲਬਾਤ ਹੁੰਦੀ ਹੈ, ਫਿਰ ਜੱਫੀ ਪਾਈ ਜਾਂਦੀ ਹੈ। ਇਹ ਜੱਫੀ ਜਿਹੜੀ ਹੈ ਹੁਣ ਇੱਕ ਵਿਸ਼ਾ ਬਣ ਚੁੱਕਿਆ, ਇੱਕ ਇਸ਼ੂ ਬਣ ਚੁੱਕਿਆ, ਇੱਕ ਮੁੱਦਾ ਬਣ ਚੁੱਕਿਆ, ਜਾਂ ਫਿਰ ਇਹ ਵਾਕਈ ਹੀ ਮੁੱਦਾ ਹੈ, ਇਸ਼ੂ ਹੈ, ਵਿਸ਼ਾ ਹੈ ਜੱਫੀ ਪਾਣੀ। ਇਹ ਇੱਕ ਸਿਆਸੀ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਨੇ, ਤਰਕ ਸੁਣਨ ਨੂੰ ਮਿਲ ਰਹੇ ਨੇ, ਆਰੋਪ ਪ੍ਰਤੀਆਰੋਪ ਦੀ ਰਾਜਨੀਤੀ ਵੇਖਣ ਨੂੰ ਮਿਲ ਰਹੀ ਹੈ।
यह रिपोर्ट जो मैं तुहानू दिखाण जा रहा बयान कर रही है उन्हां सारी गल्लां नू वेखदे आ यह रिपोर्ट। सिद्धू की जफ़ी पंजाब की सियासत का हॉट टॉपिक बन गई है, पर इस मुद्दे ने कांग्रेस नू ही दो पासे लिया खड़ा कर दिता है। सूबे के मुख्यमंत्री सिद्धू की जफ़ी नू गलत करार दे रहे ने, ता कांग्रेस दे सीनियर आगू ते कैप्टन दे वजीर सिद्धू दे हक च नितर के जफ़ी ते सियासत ना करन दी सलाह दे रहे ने। इस सब विचाले सिद्धू दे सब नू ठोकवा जवाब दिंदिया कहा कि उस समा आउण ते सब नू टिका के जवाब देणगे। उनके एक स्पोर्ट्समैन ने दूसरे एक खिलाड़ी ने दूसरे खिलाड़ी को न्योता दिया और उस खिलाड़ी न्योते के ऊपर नवजोत सिंह सिद्धू इमरान खान जी के उस स्वेरिंग इन सेरेमनी पे चले गए, परंतु प्रधानमंत्री श्री नरेंद्र मोदी बिन बुलाए मेहमान नवाज शरीफ के यहाँ चले गए। आप बात कर रहे हैं पीओकी की, मैं कहता हूँ जिन लोगों ने कारगिल के ऊपर हमला किया था उनके यहाँ बिना बुलाए प्रधानमंत्री चले जाते हैं और कोई बात जवाब ही उनसे कोई नहीं मांगता। मोदी साहब भी इस्तीफा जन्मदिन पर बिना बुलाए जो थे नवाज शरीफ साहब के होकर आए, घर उनके दावत खाकर आए, उस टाइम भी आपको ये सवाल उठाना चाहिए था। ये तो कम से कम वीज़ा लेकर गए थे, वो तो बिना वीज़े के चले गए थे और बिना दावत के चले गए थे। वाजपेयी साहब ने कारगिल अटैक के बावजूद 8 साल बाद 3-4 साल के बाद जनरल मुशर्रफ को फिर आगरा में आगरा सपट में बुलाया, तब वो जनरल थे जब हिंदुस्तान के खिलाफ कारगिल की लड़ाई शुरू हुई। नवाज शरीफ साहब तब प्रधानमंत्री थे और ये पाकिस्तान की आर्मी के चीफ थे मुशर्रफ, और जब वो राष्ट्रपति बने फिर आपने बुलाया क्योंकि आपने ज़रूरत समझी कि दोनों देशों में बातचीत होनी चाहिए। No, that they can demand, that's not an issue. But the fact is that a man should understand that our soldiers are being killed every day. My own regiment lost one major and two jawans a few months ago. And how can it be that every day somebody is being shot? And whether the man who pulled the trigger is to blame or the man who gives the order, which is the chief. And the chief is Mr. General Bajwa. And to say that I don't know General Bajwa, but yahan likha hota hai unke tunic ke upar, that's wrong. And I think that was wrong for him to have shown the affection he did for the Pakistani army chief. Ek gal nu sun lo, jadon main jawab dena hoga main dunga, saryan nu dunga aur taka ke dunga. Tumhare kehne pe main jawab nahi dunga, jab jawab dena hoga main khud. गौरतलब है कि सिद्धू दे पाकिस्तान जाने तो पहला खुद कैप्टन अमरिंदर सिंह ने इस दौरे नू निजी दसदियां इस ते सियासत ना करन दी सलाह दित्ती सी, पर सिद्धू दी पाक फौज मुखी नाल जफ़ी कैप्टन नू रास नहीं आई। फिलहाल देखना होवेगा कि सिद्धू दी जफ़ी ते पंजाब दी सियासत की रुख लैंदी है। न्यूज डेस्क रिपोर्ट, जस्ट टीवी। ते इस जफ़ी ते सियासत पक्की है जी, हुण अज इसे नू लैके विचार वटांदरा करांगे। सिद्धू का तर्क सामने आया हुंदा है कि जब समा आएगा तो मैं ठोक के जवाब देवांगा और अपनी गल कहांगा। नाल उन्होंने यह भी गल कही कि करतारपुर कोरीडोर की जो गल चल रही सीगी उन्नू लैके भी पॉजिटिव नज़र आए आर्मी चीफ, और जो तजवीज़ रखी जा रही सीगी भारत दे विच वसदे कई ऑर्गनाइजेशनस वालों कि करतारपुर कोरीडोर खोल तो जाना चाहिए, क्योंकि 550वां प्रकाश पर्व भी आ रहा है गुरु नानक पातशाह का, और 18 साल गुरु नानक पातशाह ने अपनी जिंदगी दे अपनी प्रीचिंग्स और अपनी जो देन जो अपनी उन्होंने गल्लां अपनी टीचिंग्स उस धरती दे उत्ते दित्ती, तां एक मिसाल पेश हो सकती है शांति दी। ए एक शख्सियत ने पंजाब दे विच जो कि लंबे समय तो मंग करते आ रहे ने, जिन्होंने नवजोत सिंह सिद्धू नू सुषमा स्वराज नू यह भी गल आखी सी। अज मैं तुहानू उन्हां नाल भी मुखातिब करावांगा और अज मैं तुहानू मुखातिब भी करा रहा, मेरे नाल स्टूडियो दे विच मौजूद ने तुहानू तारूफ करा दां मिस्टर नवीन शर्मा, जो कि 25 साल तो पंजाब दी सियासी गतिविधियां नू पंजाब दे हालातां नू और पंजाब दे विच वसदे वसनीकां दी नवज़ नू पहचानदे ने। अज ओह साडे नाल स्टूडियो दे विच मौजूद ने, इन्हां तों भी गलबात दा सिलसिला जारी रखांगे और करांगे अज नवजोत सिंह सिद्धू दी जफ़ी दे उत्ते जिहड़ी सियासत पखी है उन्हूं लैके विचार वटांदरा इस ब्रेक तो उस पार।